ਧੰਨੈ ਸੇਵਿਆ ਬਾਲ ਬੁੱਧ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ 15 ਭਗਤਾਂ ਵਿੱਚੋਂ ਵੱਡਾ ਮਾਣ ਪ੍ਰਾਪਤ ਕਰਨ ਵਾਲੇ ਭਗਤ ਧੰਨਾ ਜੀ। ਆਓ ਸੰਗਤ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਭਗਤ ਧੰਨਾ ਜੀ ਦੀ ਮਹਾਨ ਸ਼ਖਸੀਅਤ ਦੇ ਦਰਸ਼ਨ ਕਰਨ ਦਾ ਯਤਨ ਕਰਦੇ ਹਾਂ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਰਾਹੀਂ ਭਗਤਾਂ ਦੀ ਕਰੜੀ ਕਮਾਈ ਦਾ ਜ਼ਿਕਰ ਕਰਦੇ ਹਨ। ਭਗਤ ਧੰਨਾ ਜੀ ਨੂੰ ਧੰਨੈ ਸੇਵਿਆ ਬਾਲ ਬੁੱਧ ਕਹਿ ਕੇ ਪ੍ਰਭੂ ਮਿਲਾਪ ਦਾ ਹਵਾਲਾ ਦਿੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 487 ਉੱਪਰ ਸੁਸ਼ੋਭਿਤ ਆਪਣੇ ਇੱਕ ਹੋਰ ਸ਼ਬਦ ਦੀਆਂ ਪੰਕਤੀਆਂ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਹਨ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਪੰਕਤੀਆਂ ਰਾਹੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਭਗਤ ਧੰਨਾ ਜੀ ਦੇ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਕਿ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣ ਲਈ, ਰੱਬੀ ਪਿਆਰ ਹਾਸਲ ਕਰਨ ਲਈ ਪ੍ਰਭੂ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ। ਜਿਸ ਪ੍ਰਕਾਰ ਭਗਤ ਨਾਮਦੇਵ ਜੀ, ਰਵੀਦਾਸ ਜੀ ਅਤੇ ਭਗਤ ਸੈਨ ਜੀ, ਇਹਨਾਂ ਨੇ ਇੱਕ ਰੁਤਬਾ ਹਾਸਲ ਕੀਤਾ ਸੀ। ਗੁਰੂ ਸਾਹਿਬ ਕਹਿੰਦੇ ਹਨ ਕਿ ਭਗਤ ਧੰਨਾ ਜੀ ਦੀ ਇਸ ਸਮਰਪਣ ਭਾਵਨਾ ਵਾਲੀ ਭਗਤੀ ਨੇ ਹੀ ਉਹਨਾਂ ਦੇ ਪ੍ਰਭੂ ਦੇ ਦਰਸ਼ਨ ਦੀਦਾਰੇ ਕਰਵਾਏ। ਭਗਤ ਧੰਨਾ ਜੀ ਵੱਡੀ ਵਡਿਆਈ ਇਹ ਗੱਲ 'ਤੇ ਹੈ ਕਿ ਪ੍ਰਭੂ ਨੇ ਉਹਨਾਂ ਨੂੰ ਸਿਰਫ ਦਰਸ਼ਨ ਦੀਦਾਰੇ ਹੀ ਨਹੀਂ ਦਿੱਤੇ, ਸਗੋਂ ਆਪਣੇ ਇਸ ਪਿਆਰੇ ਅਤੇ ਨਿਆਰੇ ਭਗਤ ਦੇ ਕਾਰਜ ਵੀ ਨੇਪਰੇ ਚਾੜ੍ਹੇ। ਪ੍ਰਭੂ ਵੱਲੋਂ ਨਿਭਾਏ ਜਾ ਰਹੇ ਇਸ ਕਾਰਜਾਂ ਨੂੰ ਵੇਖ ਕੇ ਹੀ ਭਗਤ ਧੰਨਾ ਜੀ ਨੇ ਗੁਰੂ ਨੂੰ ਗੋਪਾਲ ਕਹਿ ਕੇ ਸੰਬੋਧਨ ਕਰਦੇ ਕਿਹਾ ਹੈ, ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ 'ਤੇ ਤਿਨਕੇ ਕਾਜ ਸਵਾਰਤਾ। ਭਗਤ ਧੰਨਾ ਜੀ ਦੀ ਧੰਨਤਾ ਇਸ ਗੱਲ ਵਿੱਚ ਵੀ ਹੈ ਕਿ ਉਹਨਾਂ ਨੇ ਉਸ ਸਮੇਂ ਜਦੋਂ ਔਰਤ ਨੂੰ ਭਗਤੀ ਮਾਰਗ ਲਈ ਰੁਕਾਵਟ ਦੱਸਿਆ ਜਾਂਦਾ ਸੀ, ਉਸ ਵੇਲੇ ਭਗਤ ਧੰਨਾ ਜੀ ਨੇ ਬੜੇ ਬੁਲੰਦ ਹੌਸਲੇ ਦੇ ਨਾਲ ਔਰਤਾਂ ਦਾ ਸਤਿਕਾਰ ਕਰਦਿਆਂ ਬੋਲ ਕਹੇ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਔਰਤ ਅਤੇ ਕਿਰਤ ਪ੍ਰਤੀ ਅਜਿਹੀਆਂ ਸਤਿਕਾਰਤ ਅਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਰਾਜਵਾਂ ਸਤਿਕਾਰ ਕਰਦਿਆਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਭਗਤ ਧੰਨਾ ਜੀ ਦੇ 3 ਸ਼ਬਦਾਂ ਨੂੰ ਸ਼੍ਰੀ ਆਦਿ ਗ੍ਰੰਥ ਵਿੱਚ ਸ਼ਾਮਲ ਕੀਤਾ। ਭਗਤ ਧੰਨਾ ਜੀ ਦੇ 2 ਸ਼ਬਦ ਰਾਗ ਆਸਾ ਵਿੱਚ ਅਤੇ 1 ਸ਼ਬਦ ਸਨਾਸਰੀ ਵਿੱਚ ਹੈ। ਪ੍ਰਭੂ ਪਰਮਾਤਮਾ ਦਾ ਪਿਆਰ ਹਾਸਲ ਕਰਨ ਵਾਲੇ ਭਗਤ ਧੰਨਾ ਜੀ ਨੂੰ ਅਸੀਂ ਸਨੇਮਰ ਸਿਜਦਾ ਕਰਦੇ ਹਾਂ। ਧੰਨੈ ਸੇਵਿਆ ਬਾਲ ਬੁੱਧ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ 15 ਭਗਤਾਂ ਵਿੱਚੋਂ ਵੱਡਾ ਮਾਣ ਪ੍ਰਾਪਤ ਕਰਨ ਵਾਲੇ ਭਗਤ ਧੰਨਾ ਜੀ। ਆਓ ਸੰਗਤ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਭਗਤ ਧੰਨਾ ਜੀ ਦੀ ਮਹਾਨ ਸ਼ਖਸੀਅਤ ਦੇ ਦਰਸ਼ਨ ਕਰਨ ਦਾ ਯਤਨ ਕਰਦੇ ਹਾਂ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਰਾਹੀਂ ਭਗਤਾਂ ਦੀ ਕਰੜੀ ਕਮਾਈ ਦਾ ਜ਼ਿਕਰ ਕਰਦੇ ਹਨ। ਭਗਤ ਧੰਨਾ ਜੀ ਨੂੰ ਧੰਨੈ ਸੇਵਿਆ ਬਾਲ ਬੁੱਧ ਕਹਿ ਕੇ ਪ੍ਰਭੂ ਮਿਲਾਪ ਦਾ ਹਵਾਲਾ ਦਿੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 487 ਉੱਪਰ ਸੁਸ਼ੋਭਿਤ ਆਪਣੇ ਇੱਕ ਹੋਰ ਸ਼ਬਦ ਦੀਆਂ ਪੰਕਤੀਆਂ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਹਨ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਪੰਕਤੀਆਂ ਰਾਹੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਭਗਤ ਧੰਨਾ ਜੀ ਦੇ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਕਿ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣ ਲਈ, ਰੱਬੀ ਪਿਆਰ ਹਾਸਲ ਕਰਨ ਲਈ ਪ੍ਰਭੂ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ। ਜਿਸ ਪ੍ਰਕਾਰ ਭਗਤ ਨਾਮਦੇਵ ਜੀ, ਰਵੀਦਾਸ ਜੀ ਅਤੇ ਭਗਤ ਸੈਨ ਜੀ, ਇਹਨਾਂ ਨੇ ਇੱਕ ਰੁਤਬਾ ਹਾਸਲ ਕੀਤਾ ਸੀ। ਗੁਰੂ ਸਾਹਿਬ ਕਹਿੰਦੇ ਹਨ ਕਿ ਭਗਤ ਧੰਨਾ ਜੀ ਦੀ ਇਸ ਸਮਰਪਣ ਭਾਵਨਾ ਵਾਲੀ ਭਗਤੀ ਨੇ ਹੀ ਉਹਨਾਂ ਦੇ ਪ੍ਰਭੂ ਦੇ ਦਰਸ਼ਨ ਦੀਦਾਰੇ ਕਰਵਾਏ। ਭਗਤ ਧੰਨਾ ਜੀ ਵੱਡੀ ਵਡਿਆਈ ਇਹ ਗੱਲ 'ਤੇ ਹੈ ਕਿ ਪ੍ਰਭੂ ਨੇ ਉਹਨਾਂ ਨੂੰ ਸਿਰਫ ਦਰਸ਼ਨ ਦੀਦਾਰੇ ਹੀ ਨਹੀਂ ਦਿੱਤੇ, ਸਗੋਂ ਆਪਣੇ ਇਸ ਪਿਆਰੇ ਅਤੇ ਨਿਆਰੇ ਭਗਤ ਦੇ ਕਾਰਜ ਵੀ ਨੇਪਰੇ ਚਾੜ੍ਹੇ। ਪ੍ਰਭੂ ਵੱਲੋਂ ਨਿਭਾਏ ਜਾ ਰਹੇ ਇਸ ਕਾਰਜਾਂ ਨੂੰ ਵੇਖ ਕੇ ਹੀ ਭਗਤ ਧੰਨਾ ਜੀ ਨੇ ਗੁਰੂ ਨੂੰ ਗੋਪਾਲ ਕਹਿ ਕੇ ਸੰਬੋਧਨ ਕਰਦੇ ਕਿਹਾ ਹੈ, ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ 'ਤੇ ਤਿਨਕੇ ਕਾਜ ਸਵਾਰਤਾ। ਭਗਤ ਧੰਨਾ ਜੀ ਦੀ ਧੰਨਤਾ ਇਸ ਗੱਲ ਵਿੱਚ ਵੀ ਹੈ ਕਿ ਉਹਨਾਂ ਨੇ ਉਸ ਸਮੇਂ ਜਦੋਂ ਔਰਤ ਨੂੰ ਭਗਤੀ ਮਾਰਗ ਲਈ ਰੁਕਾਵਟ ਦੱਸਿਆ ਜਾਂਦਾ ਸੀ, ਉਸ ਵੇਲੇ ਭਗਤ ਧੰਨਾ ਜੀ ਨੇ ਬੜੇ ਬੁਲੰਦ ਹੌਸਲੇ ਦੇ ਨਾਲ ਔਰਤਾਂ ਦਾ ਸਤਿਕਾਰ ਕਰਦਿਆਂ ਬੋਲ ਕਹੇ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ।
ਔਰਤ ਅਤੇ ਕਿਰਤ ਪ੍ਰਤੀ ਅਜਿਹੀਆਂ ਸਤਿਕਾਰਤ ਅਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਰਾਜਵਾਂ ਸਤਿਕਾਰ ਕਰਦਿਆਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਭਗਤ ਧੰਨਾ ਜੀ ਦੇ 3 ਸ਼ਬਦਾਂ ਨੂੰ ਸ਼੍ਰੀ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤਾ। ਭਗਤ ਧੰਨਾ ਜੀ ਦੇ 2 ਸ਼ਬਦ ਰਾਗ ਆਸਾ ਵਿੱਚ ਅਤੇ 1 ਸ਼ਬਦ ਸਨਾਸਰੀ ਵਿੱਚ ਹੈ। ਪ੍ਰਭੂ ਪਰਮਾਤਮਾ ਦਾ ਪਿਆਰ ਹਾਸਲ ਕਰਨ ਵਾਲੇ ਭਗਤ ਧੰਨਾ ਜੀ ਨੂੰ ਅਸੀਂ ਸਨੇਮਰ ਸਿਜਦਾ ਕਰਦੇ ਹਾਂ।